ਅਸਲਾਮ ਅਲੈਕੁਮ ਦੋਸਤੋ, ਅੱਜ ਤੁਹਾਡੇ ਵਾਸਤੇ ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਵੀਡੀਓ ਲੈਂਦੀ ਜਿਹਦੇ ਵਿੱਚ ਜਨਾਬ ਅਸੀਂ ਬੱਚਿਆਂ ਦੀ ਬੱਕਰੀ ਹੈ ਪਈ, ਇਸ ਤੋਂ ਬਾਅਦ ਗੱਭਣ ਬੱਕਰੀਆਂ ਦੋ ਹਨ ਪਈਆਂ ਪੱਠਾ, ਪਹਿਲੇ ਸੂਏ ਚੌਰੇ ਵੀ ਪਹਿਲੇ ਸੂਏ 'ਚ ਜਨਾਬ ਵੀਡੀਓ ਨਜ਼ਰ ਐਂਡ ਤੱਕ ਵਿਖਿਆ। ਇਨਸ਼ਾਅੱਲਾ ਤੁਹਾਨੂੰ ਅੱਛੀ ਤਰ੍ਹਾਂ ਇਨਫੋਰਮੇਸ਼ਨ ਦੇਵਾਂਗੇ ਅਤੇ ਜਨਾਬ ਬਿਲਕੁਲ ਇਨਸ਼ਾਅੱਲਾ ਮੁਨਾਸਿਬ ਰਾਈਟ ਉਸੀ ਤੋਂ ਲਓ ਜਨਾਬ, ਚੈੱਕ ਕਰ ਸਕਦੇ ਖੂਬਸੂਰਤੀ ਦੀ ਮਾਸ਼ਾਅੱਲਾ ਇੰਤਹਾ ਨੇ ਮਾਸ਼ਾਅੱਲਾ, ਜਿਤਨੀਆਂ ਤਾਰੀਫਾਂ ਕਰੀਏ ਫਾਇਦਾ ਕੋਈ ਨਹੀਂ ਜਨਾਬ, ਤੁਸੀਂ ਖੁਦ ਹੀ ਚੈੱਕ ਕਰ ਸਕਦੇ ਨੇ। ਅਤੇ ਲਓ ਜਨਾਬ ਪਾਠ ਵੀ ਵੇਖ ਸਕਦੇ ਜਿਹੜੀ ਮਾਸ਼ਾਅੱਲਾ ਦਿੱਤੀ ਹੈ, ਪਾਠ ਦੇ ਕੰਨ ਛੋਟੀ ਜਿਹੇ ਕੰਨ ਵੇਖੋ, ਕਮ ਅਜ਼ ਕਮ 12-13 ਇੰਚ ਮਾਸ਼ਾਅੱਲਾ ਕੰਨ ਲੰਬੇ ਸੋ, ਔਰ ਮਜ਼ੀਦ ਵੀ ਮਾਸ਼ਾਅੱਲਾ ਕੁਆਲਿਟੀ ਵਾਲੀ ਮਾਸ਼ਾਅੱਲਾ ਚੀਜ਼ ਨੇ, ਔਰ ਮਾਸ਼ਾਅੱਲਾ ਮਾਂ ਵੀ ਜਿਹੜਾ ਵੇਖਦੇ ਪਏ ਉਹਨੂੰ ਕਿਤਨੇ ਖੂਬਸੂਰਤ ਕਲਰ ਹੈ, ਕਲਰ ਵੇਖਿਆ ਕਰੋ ਵਿਰਾਗ ਕਿਤਨੇ ਖੂਬਸੂਰਤ ਔਰ ਨਿਆਬ ਔਰ ਕੁਆਲਿਟੀ ਵਾਲੀ ਮਾਸ਼ਾਅੱਲਾ ਚੀਜ਼ ਨੇ ਜਨਾਬ। ਇਹ ਚੀਜ਼ ਆਉਂਦੀ ਜਿਹੜੀ ਅੱਛੇ ਦੁੱਧ ਵਾਲੀ ਮਾਸ਼ਾਅੱਲਾ ਬਣਦੀ ਹੈ। ਅਤੇ ਲਓ ਜਨਾਬ ਕੰਨ ਵੇਖੋ ਕਿਤਨੇ ਲੰਬੇ ਨੇ ਪੱਠ ਦੇ। ਅਤੇ ਲਓ ਜਨਾਬ ਬੱਕਰੀ ਵੇਖ ਰਹੇ ਨਾ, ਸ਼ੁਰੂ ਤੋਂ ਚਾਰਾ ਵਗੈਰਾ ਖਵਾ ਕੇ ਵਿਖਾਉਣ ਦਾ ਮਕਸਦ ਇਹ ਹੁੰਦਾ ਹੈ ਵਿਰਾਗ ਕੇ ਤੁਹਾਨੂੰ ਪਤਾ ਲੱਗੇ ਕਿ ਸਿਹਤਮੰਦ ਹੈ, ਔਰ ਮਾਸ਼ਾਅੱਲਾ ਵੇਲ ਹੀ ਚੈੱਕ ਕਰ ਸਕਦੇ ਨੇ, ਚੰਗੀ ਲੰਬੀ ਵੇਲ, ਖੂਬਸੂਰਤੀ ਦੀ ਇੰਤਹਾ ਹੀ ਨੇ, ਜਿਤਨੀ ਤਾਰੀਫਾਂ ਕਰੀਏ ਫਾਇਦਾ ਕੋਈ ਜਨਾਬ, ਤੁਹਾਨੂੰ ਖੁਦ ਹੀ ਨਜ਼ਰ ਆ ਰਿਹਾ। ਅਤੇ ਮਾਸ਼ਾਅੱਲਾ ਹਵਾਨਾ ਵੇਖੋ ਕਿਤਨੇ ਪਿਆਰੇ ਹਵਾਨੇ ਮਾਸ਼ਾਅੱਲਾ ਇਸੂ ਪੀਆ, ਅਤੇ ਕੋਈ ਖੜ ਛੜ ਨਹੀਂ ਮਾਰਾ, ਬਿਲਕੁਲ ਨਰਮ ਮੁਲਾਇਮ ਮਾਸ਼ਾਅੱਲਾ ਥਾਣੀ ਸੂ। ਅਤੇ ਦੁੱਧ ਜਨਾਬ 1.5 ਕਿਲੋ, 1.5 ਤੋਂ 2 ਕਿਲੋ ਕਨਫਰਮ ਦੁੱਧ ਦੀ ਸੂ, ਜਿਹੜਾ ਆਪਣੇ ਬੱਚੇ ਨੂੰ ਪਿਵੈਂਦੀ ਫਿਰ ਵੀ ਮਾਸ਼ਾਅੱਲਾ ਦਾ ਬੱਚੇ ਦਾ ਦੁੱਧ ਵੱਧ ਜਾਂਦਾ ਹੈ। ਅਤੇ ਲਓ ਜਨਾਬ ਬੱਚਾ ਵੀ ਚੈੱਕ ਕਰ ਸਕਦੇ ਨੇ, ਬਹੁਤ ਜ਼ਬਰਦਸਤ ਔਰ ਮਾਸ਼ਾਅੱਲਾ ਕੁਆਲਿਟੀ ਵਾਲਾ ਹੈ। ਅਤੇ ਵੇਖਦੇ ਪਏ ਕੰਨ ਕਿਤਨੇ ਲੰਬੇ ਹਨ ਮਾਸ਼ਾਅੱਲਾ, ਥੱਲੇ ਜ਼ਮੀਨ 'ਤੇ ਲੱਗ ਰਹੇ ਹਨ ਬੱਚੇ ਦੇ ਕੰਨ। ਅਤੇ ਤੁਹਾਨੂੰ ਕਲੋਜ਼ ਕਰਕੇ ਵਿਖਾਉਣ ਦਾ ਮਕਸਦ ਹੁੰਦਾ ਕਿ ਤੁਹਾਨੂੰ ਪਤਾ ਵੀ ਲੱਗੇ, ਪੁੱਛਲ ਵੇਖੋ ਬਿਲਕੁਲ ਤੀਰ ਵਾਲੀ ਕਰ ਸਿੱਧਾ ਜਨਾਬ, ਇਹ ਉਹ ਪੱਠ ਜਿਹੜੀ ਪਾਲ ਲੈ ਸੋ ਇਨਸ਼ਾਅੱਲਾ ਲੱਖਾਂ ਦੀ ਬੱਕਰੀ ਬਣ ਸੀ ਇਨਸ਼ਾਅੱਲਾ। ਇਹ ਉਹ ਮਾਸ਼ਾਅੱਲਾ ਚੀਜ਼ਾਂ ਨੇ ਪਈਆਂ, ਅਤੇ ਬਹੁਤ ਜ਼ਬਰਦਸਤ ਔਰ ਕੁਆਲਿਟੀ ਵਾਲਾ ਮਾਸ਼ਾਅੱਲਾ ਜਾਨਵਰ ਨੇ। ਅਗਰ ਜਨਾਬ ਬੱਕਰੀ ਕੋਲ ਲਾਉਣਾ ਚਾਹੇ ਤਾਂ 32,000, ਲੇਕਿਨ ਪੂਰਾ ਕੋਈ ਸੈੱਟ 3 ਜਾਨਵਰਾਂ ਦਾ ਲਈ ਸੀ ਜਨਾਬ, ਸਿਰਫ 26,000 ਰੁਪਈਆ ਜਨਾਬ, ਬਿਲਕੁਲ ਮੁਨਾਸਿਬ ਰਾਈਟ 'ਤੇ। ਅਤੇ ਟੋਰ ਫੇਰ ਕੇ ਵੀ ਖਾ ਰਹੇ ਹੈਗਾ, ਤੁਹਾਨੂੰ ਪਤਾ ਲੱਗੇ ਕੋਈ ਲੰਡੀ ਲੁੰਡੀ ਨਹੀਂ ਮਾਸ਼ਾਅੱਲਾ, ਸਿਹਤਮੰਦ ਔਰ ਐਕਟਿਵ ਹੈ, ਫਿਰ ਵੇਖੋ ਦੋਸਤ ਪਿਵਾ ਰਹੀ ਮਾਸ਼ਾਅੱਲਾ। ਅਤੇ ਲਓ ਜਨਾਬ ਫਿਰ ਆ ਗਈ ਅੰਮ੍ਰਿਤਸਰੀ ਬੀਤਲ ਮਾਸ਼ਾਅੱਲਾ, ਵਾਈਟ ਅੱਖ ਦੇ ਵਿੱਚ ਤਾਂ 2 ਦਾਂਦੀ ਨੇ ਵੀਰਾ, ਔਰ ਗੱਬਣੀ ਨੇ 3.5 ਤੋਂ 4 ਮਹੀਨਾ ਦੀ। ਅਤੇ ਜਨਾਬ ਬਿਲਕੁਲ ਮੁਨਾਸਿਬ ਜਨਾਬ ਰੈਟ ਅੱਜ ਕਰ ਰਹੇ, 3 ਜਾਨਵਰ ਕੋਈ ਅਲੱਗ ਲਈ ਸੀ ਅਤੇ ਰੈਟ ਕਰ ਰਹੇ 26,000 ਅਤੇ ਫਿਕਸ ਰੈਟ ਨੇ ਜਨਾਬ, ਫਿਰ ਵੀ ਰਿਆਇਤ ਕਰ ਲਵਾਂਗੇ। ਅਤੇ ਲਓ ਜਨਾਬ ਚੈੱਕ ਕਰ ਸਕਦੇ ਹਵਾਨਾ ਬਣਾ ਰਹੀ ਹੈ, ਔਰ ਮਾਸ਼ਾਅੱਲਾ ਬੜਾ ਖੂਬਸੂਰਤ ਹਵਾਨਾ ਮਾਸ਼ਾਅੱਲਾ ਬਣਾ ਰਹੀ, ਔਰ ਚੰਗੇ ਦੁੱਧ ਦੀ ਬਣਸੀ ਇਨਸ਼ਾਅੱਲਾ। ਅਤੇ ਵੇਲ ਹੀ ਚੈੱਕ ਕਰ ਸਕਦਾ, ਲੰਬੀ ਵੇਲ ਅਤੇ ਚਿੱਟੀ ਅੱਖ 'ਚ ਨੇ ਜਨਾਬ, ਅਤੇ 2 ਦੰਦ, ਔਰ ਲਓ ਜਨਾਬ ਇਹ ਵੀ ਟੋਰ ਫੇਰ ਕੇ ਵੀ ਖਾ ਰਹੇ ਹੈ, ਤੁਹਾਨੂੰ ਪਤਾ ਲੱਗੇ ਕਿ ਮਾਸ਼ਾਅੱਲਾ ਸਿਹਤਮੰਦ ਔਰ ਐਕਟਿਵ ਹੈ, ਕੋਈ ਲੰਗੜੀ ਲੁੜੀ ਨਹੀਂ ਮਾਸ਼ਾਅੱਲਾ, ਐਕਟਿਵ ਮਾਸ਼ਾਅੱਲਾ ਜਾਨਵਰ ਉਸ ਅਤੇ ਸਿਹਤਮੰਦ। ਅਤੇ ਲਓ ਜਨਾਬ ਆਖਰੀ ਨੰਬਰ 'ਤੇ ਆ ਗਈ ਨੇ ਮੱਖੀ ਚੀਨੀ ਮਾਸ਼ਾਅੱਲਾ, ਬਹੁਤ ਜ਼ਬਰਦਸਤ, ਔਰ ਇਹ ਵੀ ਜਨਾਬ ਪਹਿਲੇ ਸੂਏ 'ਚ ਮਾਸ਼ਾਅੱਲਾ, ਔਰ ਬਹੁਤ ਜ਼ਬਰਦਸਤ ਕੁਆਲਿਟੀ ਵਾਲੀ ਚੀਜ਼ ਨੇ ਜਨਾਬ, ਔਰ ਬਿਲਕੁਲ ਰੈਟ ਹੀ ਮੁਨਾਸਿਬ, ਸਿਰਫ 26,000। ਅਕਸਰ ਦੋਸਤ ਫਰਮਾਇਸ਼ ਕਰਦੇ ਨੇ ਕਿ ਫੌਜੀ ਭਾਈ ਗੱਬਣ ਪੱਠਾ ਵੀ ਲਿਆਓ ਅਤੇ ਉਸ ਤੋਂ ਬਾਅਦ ਬੱਕਰੀਆਂ ਵੀ ਲਿਆਓ। ਜਨਾਬ ਹੈ ਜਨਾਬ ਅੱਜ ਤੁਹਾਡੇ ਭਾਈ ਦੇ ਫਰਮਾਇਸ਼ ਤਾਂ ਜਾਨਵਰ ਲਿਆਉਂਦੇ ਨੇ ਵੀਰਾ, ਅਤੇ ਬਹੁਤ ਜ਼ਬਰਦਸਤ ਨੇ, ਕੁਆਲਿਟੀ ਵਾਲੀ ਚੀਜ਼ਾਂ ਹੀ ਨੇ ਪਈਆਂ, ਔਰ ਰੈਟ ਵੀ ਇਨਸ਼ਾਅੱਲਾ ਮੁਨਾਸਿਬ ਕਰ ਲਈ ਸਾ, ਇਹ ਫਿਕਸ ਰੈਟ ਨਹੀਂ ਹੈ। ਜਿਹੜਾ ਵੀਰਾ ਇਨਸ਼ਾਅੱਲਾ ਪਹਿਲੇ ਕਾਲ ਕਰ ਸੇ ਦੀ ਕਾਲ ਦੀ ਕਦਰ ਕਰ ਸਾ, ਔਰ ਇਨਸ਼ਾਅੱਲਾ ਬਿਲਕੁਲ ਮੁਨਾਸਿਬ ਰੈਟ ਦੀ ਸਾ। ਤਾਂ ਜਨਾਬ ਹਵਾਨਾ ਚੈੱਕ ਕਰੋ, ਕਿੰਨੇ ਪਿਆਰੇ ਮਾਸ਼ਾਅੱਲਾ ਹਵਾਨਾ ਬਣਾਏ ਸੀ, ਔਰ ਚੰਗੀ ਲੰਬੀ ਵੇਲ 'ਚ। ਜਿਸ ਵੀਰਾਂ ਨੂੰ ਚਾਹੀਦੀ ਜਨਾਬ, ਸਕਰੀਨ 'ਤੇ ਨੰਬਰ ਚੱਲਦਾ ਪਿਆ, ਇਸ 'ਤੇ ਰਾਬਤਾ ਕਰ ਲਵਿਆ, ਇਨਸ਼ਾਅੱਲਾ ਪਿਆਰ ਮੁਹੱਬਤ ਵਾਲਾ ਰੈਟ ਲੱਗ ਜਾਸੀ। ਓਕੇ ਜਨਾਬ।